ਦਿੱਲੀ ਦੇ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਵੱਲੋਂ ਲੁਧਿਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ ਹੀਰਾ ਸਿੰਘ ਗਾਬੜੀਆ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਗਿਆ। ਤਿਵਾੜੀ ਵੱਲੋਂ ਹੀਰਾ ਸਿੰਘ ਗਾਬੜੀਆ ਲਈ ਵੋਟ ਅਪੀਲ ਕੀਤੀ ਗਈ। ਮਨੋਜ ਤਿਵਾੜੀ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਿੱਲੀ 'ਚ ਆਪਦੀ ਸਰਕਾਰ ਨੇ ਕੋਈ ਵਿਕਾਸ ਨਹੀਂ ਕੀਤਾ, ਸਗੋਂ ਦਿੱਲੀ 'ਚ ਥਾਂ ਥਾਂ 'ਤੇ ਠੇਕੇ ਖੁਲਵਾ ਦਿੱਤੇ ਨੇ। सड़कों पे इतनी टूटी फूटी सड़कें हो गई हैं, हम तो सड़क पे आ रहे थे तो इतना सरसर सरसर सड़क पर बैठे हैं। शराब की दुकान जगह जगह खुलवा दिया दिल्ली, एक एक गली में डेढ़ डेढ़ सौ दुकानें खुली हैं। वो व्यक्ति को दिया लेके हम खोज रहे हैं किधर मिलेगा। आपकी सारी समस्याओं को दूर करने का कोई काम कर सकता है तो हम कर सकते हैं, नरेंद्र मोदी कर सकते हैं, हमारे ਪੰਜਾਬ 'ਚ ਚੋਣਾਂ ਕਾਰਨ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਭਖਿਆ ਹੋਇਆ ਤੇ ਦਿੱਲੀ ਦੇ ਵੱਡੇ ਨੇਤਾਵਾਂ ਵੱਲੋਂ ਲਗਾਤਾਰ ਪੰਜਾਬ ਜਾ ਕੇ ਆਪਣੇ ਉਮੀਦਵਾਰਾਂ ਦੇ ਲਈ ਵੋਟ ਅਪੀਲ ਕੀਤੀ ਜਾ ਰਹੀ ਹੈ। ਲੁਧਿਆਣਾ ਤੋਂ ਨਰਿੰਦਰ ਮਹਿੰਦਰੂ, ਜਗਬਾਣੀ ਟੀਵੀ।